अच्छा मौका मिले, दिल तो करता है भी एक बार उस पिंड च जाइए, उस छपड़ी वाले घर को जाइए जिथे जिंदगी गुजारी, अगर मौका मिले तो जी तो करता है भी एक बार उत्थे जाइए। हाँ तू मैं ला चली तो मैं चल वड़ूंगा, जो मैनू ना ले जावगा मच्छर तो उन्ना बंद नहीं जुड़िया जाता। अच्छा अगर मैं थानू लै जावा तो उत्थे जाके खड़ा कर दिया तो आपका घर लभ लोगे? मैं घर आपका भूलना ही नहीं। अच्छा जी अस्सलाम वालेकुम, की हाल चाल है सारे वीरां दा भरावां दा? उम्मीद करने कि तुसी सारे सुख सम नाल होवोगे, चढ़दे पंजाब ते लहिंदे पंजाब नूं जनाब साडा सलाम कबूल होवे। जिस तरह तुसी जानदे हो कि रंगला पंजाब दे विहड़े असी इहो जिहे फुल सजाने है जिन्हां दी महक ते खुशबू सानूं गुजरे वेले च लै जांदी है, ते असी तुहानूं दस पाने कि वंड तों पहले जदों सारा हिंदुस्तान सी ते किस तरह की जिंदगी सी, किद्दां लोग रहिंदे सन, किद्दां दा उन्हां दा वसेब सी, ते की उन्हां दा कल्चर सी, सकाफत सी, रस्म रिवाज सन, ते जिंदगी गुजारन दा की तरीका सी। अज असी इसे खोज दे विच तुरदे तुरदे उन्हां बजुर्गों कोले पहुंचे हैं जिहड़े पिंड मधाणिया वाले साडे नाल बैठे ने, ते चक मधाणिया वाला तहसील मिंचनाबाद है, ज़िला बहावलनगर है, और ये बॉर्डर का पिंड है मंडी सादी गाई के बॉर्डर का पिंड है मधाणी वाला। साढ़े नाल बुजुर्गों जी ने सांझ पाई है, आओ जरा उन्होंने भी मिलवाने। बाबा जी अपना की नाम है? सखी मुहम्मद। सखी मुहम्मद है अपना नाम। तो वालद का की नाम है? शेर मुहम्मद। तो दादे का नाम? दादा मेरा इस्माइल। इस्माइल जी जी। अच्छा 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 ते जदों पाकिस्तान ते हिंदुस्तान दी वंड होई है, हाँ। अपनी उम्र किन्नी सी? उम्र मेरी 20 ते 10 था, 30 साल। 30 साल पक्की सी? पक्की। अग्गा पिछा होऊगा कोई महीने 20 दिन दा महीने दा साल दा कर लो 2 साल। ते इंडिया तुसी इधर इधर पाकिस्तान वाली साइड जिथे आपां बैठे इस साइड ते तुहाडा घर सी या हुण पार? उत्थे मेरा घर सी छप्पड़ दे नाल। ਪਿੰਡ ਦਾ ਕੀ ਨਾਂ ਸੀ? ਠੱਡਾ ਤੈਨੂੰ ਦੱਸਿਆ? ਠੱਡਾ। ਅੱਛਾ ਅੱਛਾ ਠੱਡਾ ਸੀ, ਤੇ ਘਰ ਕਿੱਥੇ ਸੀ ਦੱਸਦੇ ਪੈਸੋ ਦੱਸੋ? ਪਿੰਡ ਦੇ ਨਾਲ ਇਸ ਪਾਸੇ ਪਾਣੀ ਸੀ, ਇਸ ਪਾਸੇ ਸਾਡੀਆਂ 8 ਛੱਪੜੀਆਂ ਹੁੰਦੀਆਂ ਛੱਪੜੀਆਂ, ਤੇ ਅੱਗੇ ਐਡਾ ਛੋਟਾ ਜਿਹਾ ਘੋੜਾ ਸੀ ਕੱਚਾ ਜਿਹਾ ਹਾਏ ਹਾਏ ਬਣਾਇਆ ਸੀ, ਅੱਗੇ ਮਸਜਿਦ ਦੇ ਨਾਲ ਵੀ ਮੇਰਾ ਘੋੜਾ ਸੀ, ਉਦੋਂ ਮੈਂ 1 ਰੁਪਈਆ ਲੈਂਦਾ ਹੁੰਦਾ। 1 ਰੁਪਈਆ ਲੈਂਦੇ ਸੋ ਦਿਹਾੜੀ ਦਾ? ਦਿਹਾੜੀ ਕਰਦੇ ਸੋ? ਮੇਰਾ ਮਤਲਬ ਫਿਰ ਮੇਰੇ 2 ਹੋ ਗਏ, 2 ਮੈਂ ਫਿਰ ਇੱਧਰ ਆ ਗਿਆ। ਅੱਛਾ ਤੇ ਉੱਥੇ ਦਿਹਾੜੀ ਕਰਦੇ ਸੋ ਤੇ ਜਿਮੀਦਾਰਾ ਆਪ ਕਰਦਾ ਰਿਹਾ? ਅਗਾਂ ਦਿੰਦੇ ਸੋ? ਹਾਂ ਮੇਰਾ ਆਪ ਬੀਜਦਾ ਰਿਹਾ। ਅੱਛਾ ਉੱਥੇ ਤੁਹਾਡੀ ਕਿੰਨੀ ਜ਼ਮੀਨ ਸੀ? ਉੱਥੇ ਜ਼ਮੀਨ ਮੇਰੀ ਮੁਰੱਬਾ ਸੀ। ਤੁਹਾਡੀ? ਮਾਸ਼ਾਅੱਲਾ ਮੁਰੱਬਾ ਜ਼ਮੀਨ ਸੀ। ਉਦੋਂ ਉੱਥੇ ਠੇਕਾ ਠੁਕਾ ਕੀ ਚੱਲਦਾ ਹੁੰਦਾ ਸੀ? ਮੈਨੂੰ ਨਹੀਂ ਜੀ ਪਤਾ, ਮੈਂ ਝੂਠ ਮਾਰੀ ਜਾਵਾਂ ਤੇ ਮੈਨੂੰ ਨਹੀਂ। ਅੱਛਾ ਤੁਸੀਂ ਖੁਦ ਯਾਨੀ ਜ਼ਿੰਮੇਦਾਰਾ ਕਰਦੇ ਸੋ? ਸ਼ਾਦੀ ਤੁਹਾਡੀ ਹੋਈ ਹੋਈ ਸੀ? ਸ਼ਾਦੀ ਕੋਈ ਨਹੀਂ ਹੋਈ, ਸ਼ਾਦੀ ਇੱਧਰ ਆ ਕੇ। ਅੱਛਾ ਅੱਛਾ ਬਾਬਾ ਜੀ ਸਾਨੂੰ ਇਹ ਦੱਸੋ ਵੀ ਉੱਥੇ ਤੁਹਾਡੇ ਫਸਲਾਂ ਕਿਹੜੀਆਂ ਹੁੰਦੀਆਂ ਸਨ? ਤੁਸੀਂ ਦੱਸਿਆ ਤੁਹਾਡੇ ਕੋਲ ਰਕਬਾ ਸੀ। ਕਣਕ ਨਰਮਾ? ਨਰਮਾ ਵੀ ਨਹੀਂ ਯਾਰ, ਛੋਲੇ ਜੋ ਪੀਰ ਮਈਆ ਦੀਨ ਤੇ ਮੈਂ ਦੋਵਾਂ ਇਕੱਠੀ ਸੀ ਸਾਡੀ ਦੋਵਾਂ ਦੀ। ਪੀਰ ਮਈਆ ਦੀਨ ਦੀ? ਹਾਂ ਪੀਰ ਮਈਆ ਦੀਨ। ਤੇ ਤੁਹਾਡਾ ਪਿੰਡ ਕਿੱਡਾ ਕੁ ਸੀ? ਪਿੰਡ ਸਾਡਾ ਸੀ 18 19 20 ਕਿੱਲੇ
20 ਕਿੱਲਿਆਂ ਚ ਪਿੰਡ ਸੀ ਪਿੰਡ ਸੀ ਅੱਧਾ ਇੱਧਰ ਸੀ ਅੱਧਾ ਇੱਧਰ ਇੱਧਰ ਮੈਂ ਸੀ ਇੱਧਰ ਪੀਰ ਮਹੀਉਦੀਨ ਅੱਛਾ ਤੁਹਾਡਾ ਪਿੰਡ ਯਾਨੀ ਕਿ ਵੀ ਹੈ ਮਤਲਬ 400-500 ਘਰ ਤਾਂ ਹੋਣਾ ਤੁਹਾਡੇ ਪਿੰਡ ਦਾ ਨਹੀਂ ਹਾਂ ਜਾਦੇ ਸੀ ਅੱਛਾ ਅੱਛਾ ਉੱਤੇ ਆ ਜਿਹੜੀ ਆ ਨਾ ਉੱਤੇ ਚੜੀਆਂ ਛੱਤਰਾਂ ਛੱਤਾਂ ਦੇ ਉੱਤੇ ਚੜ੍ਹ ਪਿਆ ਫਿਰੋਜ਼ਪੁਰ ਸੀ ਚੋਰ ਦੱਸਦੇ ਪਹਿਲੇ ਫਿਰੋਜ਼ਪੁਰ ਪਿੰਡ ਸੀ ਸ਼ਹਿਰ ਸੀ ਨਾਲ ਨਾਲ ਹੋਰ ਕਿਹੜੇ ਪਿੰਡ ਹੈਗੇ ਪਿੰਡ ਦੋ ਹੀ ਮੁਸਲਮਾਨਾਂ ਦੇ ਸੀ ਦੂਜੇ ਸਭ ਸਿੱਖਾਂ ਦੇ ਅੱਛਾ ਅੱਛਾ ਤੇ ਕੋਈ ਉੱਥੇ ਮੇਲਾ ਸ਼ੇਲਾ ਵੀ ਲੱਗਦਾ ਸੀ ਤੁਹਾਡੇ ਆਸੇ ਪਾਸੇ ਹੈਂ ਅੱਛਾ ਤੇ ਉਦੋਂ ਤੁਸੀਂ ਵਾਹੀ ਜੁੱਤੀ ਕਿਹਦੇ ਨਾਲ ਕਰਦੇ ਸੀ ਹੁਣ ਤਾਂ ਟਰੈਕਟਰ ਹੈਗੇ ਨੇ ਉਦੋਂ ਆਪਦੇ ਆਪਦੇ ਹਾਲ ਹੁੰਦੇ ਕਿਹਦੇ ਮਗਰ ਹੜਾਂ ਦੇ ਮਗਰ ਲਾ ਕੇ ਤੇ ਅਸੀਂ ਉੱਠਾਂ ਮਗਰ ਹੜ ਲਾਉਂਦੇ ਸੋ ਉਹ ਉੱਠੋ ਇਹ ਕੋਈ ਦੋਵੇਂ ਦੋਵੇਂ ਵੀ ਛਿੰਗਾਂ ਅੱਛਾ ਅੱਛਾ ਪੜ੍ਹਦੇ ਰਹੇ ਜੇ ਜਾਂ ਨਹੀਂ ਉੱਥੇ ਪੜ੍ਹਦਾ ਰਹੇ ਕਿਹੜੇ ਸਕੂਲੇ ਸੋਭਾ ਠੱਡਾ ਠੱਡੇ ਨਹੀਂ ਉਰਾਂ ਉਦੋਂ ਉੱਥੇ ਪੜ੍ਹਦਾ ਰਹੇ ਠੱਡੇ ਪੜ੍ਹਦੇ ਰਹੇ ਜੇ ਆਹੋ ਯਾਰ ਹੁਣ ਤੂੰ ਮੇਰੇ ਤੋਂ ਗੱਲਾਂ ਔਖੀਆਂ ਅੱਛਾ ਅੱਛਾ ਨਹੀਂ ਕੋਈ ਨਹੀਂ ਆਪਾਂ ਜਿਹੜੀ ਆ ਜਾਵੇ ਆ ਜਾਵੇ ਨਹੀਂ ਹੁਣ ਮੈਂ ਤੈਨੂੰ ਦੱਸੀ ਜਾਂਦਾ ਵੀ ਹੁਣ ਮੇਰਾ ਇਹ ਸਭ ਮੀਆਂ ਦੀ ਜੇ ਝੂਠ ਹੀ ਹੈ ਅੱਛਾ ਸਕੂਲ ਦੇ ਵਿੱਚ ਜਿਹੜਾ ਉਸਤਾਦ ਹੁੰਦਾ ਸੀ ਉਹ ਮੁਸਲਮਾਨ ਸੀ ਜਾਂ ਹਿੰਦੂ ਸੀ ਮੁਸਲਮਾਨ ਸੀ ਅੱਛਾ ਜ਼ਿਆਦਾ ਯਾਨੀ ਕਿ ਤੁਹਾਡੇ ਪਿੰਡ 'ਚ ਜ਼ਿਆਦਾ ਮੁਸਲਮਾਨ ਹੀ ਸਨ ਸਾਡੇ ਪਿੰਡ 'ਚ ਦੋ ਹੀ ਪਿੰਡ ਸੀ ਮੁਸਲਮਾਨਾਂ ਦੇ ਸਭ ਸਿੱਖ ਸੀ ਸਭ ਸਿੱਖ ਉਹ ਜਿਹੜੇ ਆਸੇ ਪਾਸੇ ਕੋਈ ਜ਼ਿਮੀਦਾਰ ਇਸ ਤਰ੍ਹਾਂ ਦੇ ਸਿੱਖ ਕਿਸੇ ਇੱਕ ਅੱਧੇ ਦਾ ਵੀ ਨਾਂ ਨਹੀਂ ਆਉਂਦਾ ਨਾ ਮੈਂ ਆਪਾਂ ਮੈਂ ਦਿੰਦੇ ਨਾ ਮੈਨੂੰ ਪੁੱਛੇ ਦਾ ਕੋਈ ਨਹੀਂ ਅੱਛਾ ਮੰਡੀ ਮੁੰਡੀ ਤਾਂ ਜਾਂਦਾ ਹੋਵੇਗਾ ਜਿਨਸ ਲੈ ਤੇ ਉਦੋਂ ਹਾਏ ਰੱਬਾ ਲੈ ਵੀ ਹੁਣ ਤੂੰ ਦੱਸ ਦਿਓ ਕੁਛ ਨਹੀਂ ਹੁੰਦਾ ਨਹੀਂ ਜੀ ਮੈਨੂੰ ਜਦੋਂ ਹਰੀ ਨਹੀਂ ਮੈਨੂੰ ਦਿੰਦੇ ਸੀ ਨਾ ਆਪ ਨੂੰ ਚੇਤਾ ਨਹੀਂ ਨਾ ਖਿਆਲ ਆ ਨਾ ਲੈਣਾ ਦੇਣਾ ਐਵੇਂ ਅੱਛਾ ਚਲੋ ਠੀਕ ਹੋ ਗਿਆ ਜਦੋਂ ਵੰਡ ਹੋਣ ਲੱਗੀ ਤੁਹਾਨੂੰ ਕਿਵੇਂ ਪਤਾ ਚੱਲਿਆ ਵੀ ਵੰਡ ਹੋ ਰਹੀ ਹੈ ਵੰਡ ਹੋ ਗਈ ਸੀ ਉਹਦੇ ਸਾਡੇ ਜੰਗ ਲੱਗ ਗਿਆ ਅੱਛਾ ਤੇ ਫਿਰ ਅਸੀਂ ਉੱਥੋਂ ਆਪਦੇ ਪਸ਼ੂ ਲੈ ਤੇ ਉਹਨਾਂ ਦੇ ਚੜ੍ਹ ਕੇ ਇੱਥੇ ਆ ਗਏ ਤੇ ਉਹ ਉੱਥੋਂ ਜਦੋਂ ਤੁਸੀਂ ਨਿਕਲੇ ਤਾਂ ਕਿੰਨੇ ਬੰਦਿਆਂ ਦਾ ਕਾਫਲਾ ਸੀ ਕੋਈ ਜ਼ਹਿਨ 'ਚ ਆਉਂਦਾ ਕਾਫਲਾ ਸਾਡਾ ਥੋੜ੍ਹਾ ਹੀ ਅੱਛਾ ਥੋੜ੍ਹੇ ਮੁਸਲਮਾਨ ਦਿੰਦੇ ਸੀ ਦੋ ਹੀ ਦਾ ਘਰ ਸੀ ਅੱਛਾ ਅੱਛਾ ਪੀਰ ਮੁਹੀਉਦੀਨ ਕੇ ਤੇ ਤੁਸੀਂ ਅੱਛਾ ਪੀਰ ਮੁਹੀਉਦੀਨ ਕੇ ਤੇ ਤੁਸੀਂ ਸੋ ਤੇ ਯਾਨੀ ਕਿ ਤੁਹਾਡਾ ਤਾਂ ਫਿਰ ਸਿੱਖਾਂ ਜਾਂ ਹਿੰਦੂਆਂ ਦੀ ਸ਼ਾਦੀਆਂ ਵਿਆਹਾਂ 'ਤੇ ਆਵਣ ਜਾਵਣ ਕੋਈ ਨਹੀਂ ਸੀ ਉਹਨਾਂ ਨਾਲ ਵਰਤਾਵਾ ਕੋਈ ਨਹੀਂ ਸੀ ਤੁਹਾਡਾ ਐਡਾ ਕਿਉਂਕਿ ਤੁਹਾਡਾ ਪਿੰਡ ਜ਼ਿਆਦਾ ਮੁਸਲਮਾਨਾਂ ਦਾ ਪਿੰਡ ਸੀ ਅੱਛਾ ਤੁਸੀਂ ਉੱਥੋਂ ਜਦੋਂ ਨਿਕਲੇ ਤੇ ਤੁਹਾਡੇ ਨਾਲ ਕੋਈ ਮਕਾਮੀ ਬੰਦਾ ਤੁਹਾਨੂੰ ਛੱਡਣ ਵਾਸਤੇ ਆ ਰਿਹਾ ਸੀ ਵੀ ਇਹਨਾਂ ਨੂੰ ਅਗਾਂਹ ਪਾਰਕ ਪਾ ਆਈਏ ਜਾਂ ਨਹੀਂ ਅਤੇ ਰਾਹ 'ਚ ਕੋਈ ਮਸਲਾ ਤਾਂ ਨਹੀਂ ਬਣਿਆ ਅਤੇ ਤੁਹਾਡਾ ਉੱਥੇ ਮੁਰੱਬਾ ਸੀ ਜ਼ਮੀਨ ਉਹ ਜ਼ਮੀਨ ਦਾ ਕੀ ਬਣਿਆ ਕੀ ਪਤਾ ਕੀ ਬਣਿਆ ਮੈਨੂੰ ਉਹ ਕਲੇਮ ਨਹੀਂ ਕਰਾਈ ਵੀ ਇੱਧਰ ਤੁਹਾਨੂੰ ਮਿਲੀ ਉਹ ਇੱਧਰ ਦਾ ਆ ਕੇ ਹੋ ਗਈ ਹੈ ਨਾ ਇੱਧਰ ਕਲੇਮ ਕਰਾ ਲਈ ਸੀ ਹਾਂ ਉਹ ਤੇ ਅੱਛਾ ਇਹ ਕਿਹੜੀ ਜਗ੍ਹਾ ਇੱਥੇ ਮਦਾਨੀ ਵਾਲੇ ਕਲੇਮ ਕਰਾਈ ਮਦਾਨੀ ਵਾਲੇ ਸੋਭੇ ਵਾਲੇ ਕਲੇਮ ਕਰਵਾਈ ਜੇ ਯਾਨੀ ਰਕਬਾ ਤੁਹਾਨੂੰ ਇੱਧਰ ਮਿਲ ਗਿਆ ਅਤੇ ਇੱਥੋਂ ਅਗਰ ਜਾਈਏ ਇੱਥੋਂ ਕਿੰਨਾ ਕੁ ਬਾਰਡਰ ਤੋਂ ਹੈਗਾ ਉਹ ਕਿੰਨਾ ਕੁ ਪੰਧ ਹੈਗਾ ਤੁਹਾਡਾ ਪਿੰਡ ਇੱਥੋਂ ਅੰਦਾਜ਼ੇ ਨਾਲ ਇੰਨਾ ਤਾਂ ਤੁਹਾਨੂੰ ਅੰਦਾਜ਼ਾ ਹੋਵੇਗਾ ਅੱਛਾ ਮੌਕਾ ਮਿਲੇ ਦਿਲ ਤਾਂ ਕਰਦਾ ਹੈ ਵੀ ਇੱਕ ਵਾਰੀ ਉਸ ਪਿੰਡ 'ਚ ਜਾਈਏ ਉਸ ਛੱਪੜੀ ਵਾਲੇ ਘਰ ਕੋਲ ਜਾਈਏ ਜਿੱਥੇ ਜ਼ਿੰਦਗੀ ਗੁਜ਼ਾਰੀ ਅਗਰ ਮੌਕਾ ਮਿਲੇ ਤਾਂ ਜੀ ਤਾਂ ਕਰਦਾ ਵੀ ਇੱਕ ਵਾਰੀ ਉੱਥੇ ਜਾਈਏ ਹਾਂ ਮੈਨੂੰ ਲੈ ਚੱਲੀ ਤੇ ਮੈਂ ਚੱਲ ਵੜੂ ਜੇ ਮੈਨੂੰ ਨਾਲ ਲੈ ਜਾਵਾਂਗੇ ਮੱਥੇ ਦਾ ਉਹਨਾਂ ਪਾਉਂਦੇ ਨਹੀਂ ਟੁਰਿਆ ਜਾਂਦਾ ਅੱਛਾ ਅਗਰ ਮੈਂ ਤੁਹਾਨੂੰ ਲੈ ਜਾਵਾਂ ਤੇ ਉੱਥੇ ਜਾ ਕੇ ਖੜਾ ਕਰ ਦਿਆਂ ਤੇ ਤੁਸੀਂ ਆਪਦਾ ਘਰ ਲੱਭ ਲਓਗੇ ਮੈਂ ਘਰ ਆਪਦਾ ਭੁੱਲਦਾ ਹੀ ਨਹੀਂ ਅੱਛਾ ਉੱਥੇ ਤੁਹਾਡੇ ਹੋਰ ਕਿੰਨੇ ਭਾਈ ਸਨ ਜਦੋਂ ਉੱਥੇ ਰਹਿੰਦੇ ਸੋ ਤੁਹਾਡੇ ਅਸੀਂ ਭਾਈ ਸੀ ਪੰਜ ਤੁਸੀਂ ਬਾਬੇ ਜੀ ਨੂੰ ਗੱਲ ਕਰ ਅੱਛਾ ਤੁਸੀਂ ਕਿੰਨੇ ਭਾਈ ਸੋ ਛੇ ਭਰਾ ਸੋ ਇੱਕ ਉੱਥੇ ਡਾਕੀ 'ਤੇ ਡਿੱਗ ਪਿਆ
ਉੱਥੇ ਮਰ ਗਿਆ ਐਵੇਂ ਰਾਹ 'ਚ ਆਉਂਦਾ ਉੱਥੇ ਹੀ ਠੰਡੀ ਅੱਛਾ ਅਤੇ ਮੈਂ ਅਤੇ ਮੇਰੇ ਤੋਂ ਵੱਡਾ ਸੀ ਉਹ ਇੱਥੇ ਆ ਕੇ ਫੌਤ ਹੋ ਗਿਆ ਉਹ ਡਾਚੀ ਤੂੰ ਕਿਵੇਂ ਡਿੱਗ ਗਿਆ ਸੀ ਉੱਥੇ ਡਾਚੀ ਡਰ ਗਈ ਸੀ ਐਵੇਂ ਵਾਈ ਯਾਨੀ ਵੰਡ ਤੂੰ ਪਹਿਲੇ ਡਾਚੀ ਤੂੰ ਡਿੱਗਿਆ ਉਹ ਡਾਚੀ ਤੇ ਵੈਸੇ ਸਫ਼ਰ ਕਰ ਰਿਹਾ ਜਾਂ ਵਾਹ ਬੁਰੀਆ ਸੀ ਉਹਨੇ ਜੀ ਬਦਨ ਪੱਠੇ ਲਈ ਆਉਂਦੇ ਸੀ ਇਹ ਅੱਛਾ ਤੇ ਉੱਥੇ ਤੁਹਾਡਾ ਜਿਹੜਾ ਕਬਰਸਤਾਨ ਹੈ ਉੱਥੇ ਫਿਰ ਕਈ ਤੁਹਾਡੇ ਪਿਆਰਿਆਂ ਦੀਆਂ ਹਾਲੇ ਵੀ ਉੱਥੇ ਵੀ ਕਬਰਾਂ ਹੋਣਗੀਆਂ ਤੁਹਾਡਾ ਕਬਰਸਤਾਨ ਤੇ ਉੱਥੇ ਜਾਵਣ ਨਹੀਂ ਹੋਇਆ ਕਬਰਸਤਾਨ ਤੇ ਜੇ ਅਸੀਂ ਕੋਸ਼ਿਸ਼ ਕਰੀਏ ਤੇ ਤੁਹਾਨੂੰ ਲੈ ਜਾਈਏ ਇੰਡੀਅਨ ਐਮਬੈਸੀ ਨਾਲ ਅਸੀਂ ਗੱਲ ਕਰੀਏ ਤੇ ਤੁਹਾਨੂੰ ਤੁਹਾਡਾ ਪਿੰਡ ਕਿਹੜਾ ਦੱਸਿਆ ਹੈ ਠੱਠਾ ਮੈਂ ਭੁੱਲ ਜਾਂਦਾ ਯਾਰ ਮੈਨੂੰ ਛੋਟੀ ਵਾਲਾ ਛੋਟੀ ਵਾਲਾ ਠੋਡੀ ਵਾਲਾ ਹੈ ਨਾ ਪਿੰਡ ਸੋਢੀ ਵਾਲਾ ਸੋਢੀ ਵਾਲਾ ਪਹਿਲੇ ਕੁਝ ਹੋਰ ਦੱਸ ਰਹੇ ਸਨ ਤੁਹਾਡੇ ਜ਼ਿਹਨ 'ਚ ਸਹੀ ਹੈ ਸੋਢੀ ਵਾਲਾ ਨਹੀਂ ਨਹੀਂ ਸੋਢੀ ਵਾਲਾ ਅੱਛਾ ਸੋਢੀ ਵਾਲੇ ਜੇ ਤੁਹਾਨੂੰ ਲੈ ਜਾਈਏ ਤੇ ਉੱਥੇ ਕਿੰਨੀਆਂ ਕਿੰਨੀਆਂ ਕਬਰਾਂ ਹੈਗੀਆਂ ਨੇ ਜਿਹੜੇ ਤੁਹਾਡੇ ਪਿਆਰੇ ਫੌਤ ਹੋਏ ਤੁਹਾਡੇ ਗਣੇ ਜਿਵੇਂ ਤੁਹਾਡਾ ਇੱਕ ਭਾਈ ਫੌਤ ਹੋਇਆ ਉਹਦੇ ਪਾਸੇ ਵੀ ਸਾਡੀ ਕਬਰਸਤਾਨ ਸੀ ਤੇ ਪਹਿਲੇ ਪਾਸੇ ਅੱਛਾ ਪਿੰਡ ਦੇ ਨਾਲ ਦੋ ਪਿੰਡਾਂ ਦੋਵੇਂ ਪਿੰਡ ਨਹਿਰ ਟੱਪਦੀ ਸੀ ਵੀਰ ਜੀ ਮੈਂ ਨਹਿਰ ਟੱਪ ਜਾਂਦਾ ਨਹਿਰ ਕਿਹੜੀ ਸੀ ਆ ਨਹਿਰ ਆ ਲੱਗੀ ਆ ਬੀਕਾਨੇਰ ਬੀਕਾਨੇਰ ਪਸੰਦ ਪਾਣੀ ਉਹਦਾ ਸਾਨੂੰ ਹੀ ਮਿਲਿਆ ਹੋਰ ਉਹਨਾਂ ਨੂੰ ਨਹੀਂ ਦਿੱਤਾ ਅੱਛਾ ਤੁਹਾਨੂੰ ਅੱਛਾ ਯਾਨੀ ਕਿ ਤੁਹਾਨੂੰ ਹੀ ਪਾਣੀ ਮਿਲਿਆ ਸਹੀ ਪਾਣੀ ਉਦੋਂ ਲੱਗਦਾ ਸੀ ਫਸਲਾਂ ਚੰਗੀਆਂ ਹੁੰਦੀਆਂ ਸਨ ਜੀ ਤਾਂ ਨਹੀਂ ਕਰਦਾ ਹੋਣਾ ਫਿਰ ਵੀ ਇਹ ਵੰਡ ਹੋਵੇ ਤੇ ਸਾਡੇ ਰਕਬੇ ਹੁਣ ਸਾਡਾ ਜੀ ਕਰਦੇ ਆਪਦੀਆਂ ਰਕਬੇ ਸੀ ਆਪਦੀਆਂ ਜਾਇਦਾਦਾਂ ਸੀ ਸੁੱਖ ਨਾਲ ਰਹਿੰਦੇ ਸੋ ਕੋਈ ਮਸਲਾ ਤਾਂ ਨਹੀਂ ਸੀ ਉੱਥੇ ਨਹੀਂ ਐਡਾ ਕੋਈ ਤੇ ਉੱਥੇ ਕਿੰਨੀਆਂ ਜਮਾਤਾਂ ਪੜੀਆਂ ਉਸ ਪਿੰਡ 'ਚ ਉੱਥੇ ਕਿੰਨੀਆਂ ਜਮਾਤਾਂ ਪੜੀਆਂ ਜੇ ਤੁਸੀਂ ਆਉਂਦੇ ਨਾ ਸੀ ਉੱਥੇ ਸਕੂਲੇ ਪੜ੍ਹਦੇ ਰਹੇ ਹੈ ਮੈਂ ਯਾਰ ਮਸੀਤੇ ਪੜ੍ਹਦਾ ਰਿਹਾ ਹੈ ਕੁਰਾਨੇ ਪਾਕ ਉੱਥੇ ਹੁਣ ਜਿਹੜੇ ਤੁਹਾਡੇ ਜਮਾਤੀ ਜਮੂਤੀ ਜਿਹੜੇ ਤੁਹਾਡੇ ਨਾਲ ਰਲ ਤੇ ਪੜ੍ਹਦੇ ਸਨ ਉਹਨਾਂ ਦਾ ਨਾਮ ਵੀ ਨਹੀਂ ਆਉਂਦਾ ਹੋਣਾ ਨਾ ਜੀ ਮੈਨੂੰ ਕਿਸੇ ਦਾ ਨਾਮ ਨਹੀਂ ਅੱਛਾ ਮਰੀ ਅੱਛਾ ਅੱਛਾ ਸਹੀ ਵੀ ਕਿਸੇ ਦਾ ਨਾਂ ਨਹੀਂ ਆਉਂਦਾ ਤੇ ਜੀ ਕਰਦਾ ਵੀ ਉੱਥੇ ਤੁਰ ਜਾਵਾਂ ਇੱਕ ਵਾਰੀ ਉਹ ਪਿੰਡ ਵੇਖਾਂ ਉਹ ਗਲੀਆਂ ਵੇਖਾਂ ਉਹ ਤਾਂ ਸਾਰਾ ਕੁਝ ਮੈਂ ਵੇਖ ਸਕਦਾ ਅੱਛਾ ਚਲੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਉੱਥੇ ਲੈ ਕੇ ਜਾਈਏ ਅਗਰ ਅਸੀਂ ਕੋਈ ਇੰਤਜ਼ਾਮ ਕਰ ਲਈਏ ਫਿਰ ਸਾਡੇ ਨਾਲ ਚੱਲੋਗੇ ਨਾ ਮੈਨੂੰ ਲੈ ਚੱਲੇਗਾ ਚੱਲ ਚੜੂੰਗਾ ਹੁਣ ਮੈਂ ਇੱਥੋਂ ਤੁਰਿਆ ਨਹੀਂ ਜਾਂਦਾ ਨਹੀਂ ਨਹੀਂ ਤੁਹਾਨੂੰ ਅਸੀਂ ਲੈ ਚੱਲਾਂਗੇ ਮੈਂ ਇੱਥੋਂ ਤੁਰਿਆ ਨਹੀਂ ਜਾਂਦਾ ਐਵੇਂ ਹੁਣ ਮਾਂ ਕਮਾਏ ਤਾਂ ਹੁਣ ਆਪਦੀ ਹੁੱਕੀ ਤੰਬਾਕੂ ਉਹ ਤੋਂ ਔਖਾ ਸਹੀ ਗੱਲ ਅਤੇ ਉਦੋਂ ਤੁਹਾਡੀ ਜਿਹੜਾ ਵਾਈ ਕਿੰਨੀ ਕੁ ਹੋ ਜਾਂਦੀ ਕੋਈ ਇੰਨਾ ਤਾਂ ਜ਼ਿਹਨ 'ਚ ਸੀ ਵੀ ਇੰਨਾ ਕੁ ਝਾੜ ਆ ਜਾਂਦਾ ਸੀ ਸਾਨੂੰ ਸੌ ਸੌ ਮਣ ਆਉਂਦੀ ਗਈ ਹੈ ਮੈਨੂੰ ਆਪ ਸੌ ਮਣ ਮੁਰੱਬੇ ਦੇ ਵਿੱਚੋਂ ਸੌ ਮਣ ਕਣਕ ਹੁੰਦੀ ਸੀ ਕਣਕ ਕੋਈ ਹੋਰ ਛੋਲੇ ਛਾਲੇ ਛੋਲੇ ਕੁਸੋ ਪਾਣੀ ਆਉਣ ਤੋਂ ਪਹਿਲੇ ਬਿਰਾਨਾ ਹੋਣਾ ਰਕਬਾ ਨਹੀਂ ਯਾਰ ਪਹਿਲਾਂ ਤੋਂ ਪਾਣੀ ਆ ਅੱਛਾ ਪਹਿਲਾਂ ਤੋਂ ਪਾਣੀ ਕਹਿੰਦੇ ਸੀ ਸਾਡਾ ਇੱਥੋਂ ਦਰਿਆ ਤੋਂ ਜਗਿਆ ਉੱਥੇ ਜਗਿਆ ਸਾਨੂੰ ਪਾਣੀ ਉੱਥੋਂ ਹੀ ਮਿਲਿਆ ਇਹ ਇਹਨਾਂ ਨਾਲ ਦਿੱਤਾ ਨਾ ਲਿਆ ਰਾਜ ਬੀਕਾਨੇਰ ਦੀਆਂ ਯਾਨੀ ਉੱਥੇ ਤੁਹਾਨੂੰ ਜ਼ਿਆਦਾ ਸਹੂਲਤਾਂ ਸਨ ਸਹੀ ਬਿਲਕੁਲ ਠੀਕ ਹੋ ਗਿਆ ਅਤੇ ਉੱਥੇ ਮਾਲ ਢੋਰ ਡੰਗਰ ਤੁਹਾਡੇ ਕੋਲ ਕਿੰਨੇ ਕੁ ਸਨ ਮੇਰੇ ਕੋਲ ਤਾਂ ਦੋ ਹੀ ਅੱਛਾ ਜਿਹੜੇ ਮੈਂ ਵਾਹੀ ਕਰ ਲੈਂਦਾ ਹੁਣ ਯਾਨੀ ਤੁਹਾਨੂੰ ਸਹੀ ਤਰ੍ਹਾਂ ਕੋਈ ਨਹੀਂ ਯਾਦ ਵੀ ਆਲੇ ਦੁਆਲੇ ਪਿੰਡ ਕਿਹੜੇ ਸਨ ਉਹ ਪਿੰਡ ਸਾਰੇ ਸਿੱਖਾਂ ਦੇ ਸੀ ਯਾਰ ਮੈਂ ਤਿੰਨ ਦੇ ਦੋ ਹੀ ਦਾ ਪਿੰਡ ਸੀ ਮੁਸਲਮਾਨਾਂ ਦੇ ਅੱਛਾ ਅੱਛਾ ਦੋ ਹੀ ਪਿੰਡ ਸੀ ਮੁਸਲਮਾਨ ਸਾਰੇ ਸਿੱਖ ਸੀ ਸਿੱਖਾਂ ਦਾ ਮੈਂ ਨਾਂ ਹੁਣ ਕਿਵੇਂ ਲੈ ਲਾਂ ਸਿੱਖਾਂ ਦੇ ਪਿੰਡ ਦਾ ਨਾਂ ਲੈ ਦਿਓ ਕੁਛ ਨਹੀਂ ਹੁੰਦਾ ਉਹ ਯਾਰ ਮੈਨੂੰ ਆਉਂਦਾ ਹੋਵੇ ਤਾਂ ਮੈਂ ਲੈ ਦੇਵਾਂ ਜੇ ਨਾ ਆਉਂਦਾ ਹੋਵੇ ਤਾਂ ਮੈਂ ਕੀ ਕਰੂੰ ਅੱਛਾ ਅੱਛਾ ਇਹ ਵੀ ਸਹੀ ਹੈ ਕੋਈ ਨਹੀਂ ਕੋਈ ਨਹੀਂ ਅੱਛਾ ਤੇ ਯਾਨੀ ਕਿਸੇ ਦਾ ਕੋਈ ਨਾਂ ਨਹੀਂ ਯਾਦ ਹੈਗਾ ਤੁਹਾਨੂੰ ਬਸ ਆਪਦੇ ਪਿੰਡ ਦਾ ਨਾਂ ਯਾਦ ਹੈ ਠੀਕ ਹੋ ਗਿਆ ਆਪਣੇ ਪਿੰਡ ਦਾ ਨਾਮ ਸੋਢੀ ਹੈ ਸੋਢੀ ਵਾਲਾ ਅਤੇ ਇਹਦੇ ਨਾਲ ਤੁਸੀਂ ਸ਼ਹਿਰ ਕਿਹੜਾ ਦੱਸ ਰਹੇ ਸੋ ਲੱਗਦਾ ਬੀਕਾਨੇਰ ਦੀ ਰਿਆਸਤ ਅਤੇ ਗੰਗਾਨਗਰ ਸ਼ਹਿਰ ਗੰਗਾਨਗਰ ਸ਼੍ਰੀ ਗੰਗਾਨਗਰ ਸ਼ਹਿਰ ਸੀ ਅਤੇ ਬੀਕਾਨੇਰ ਦੀ ਰਿਆਸਤ ਸੀ ਅੱਛਾ ਨਹੀਂ ਯਾਦ ਅੱਛਾ ਜਦੋਂ ਤੁਸੀਂ ਉੱਧਰੋਂ ਫਿਰ
हिजरत करके इत्थे अपड़े ते इत्थे फिर केड़ी जगह ते आते तुसी रहे इत्थी रहे इत्थी आ ये साडे रिश्तेदार जी थे अच्छा फिर रकबा किवें क्लेम कराया उस तो बाद किवें प्रोसीजर कुछ ज़हन च है रकबा मेरा मतलब मेरे नाम आ गया सी इत्थे हां अच्छा इत्थे थानू मिल गया हुण थोड़े कोल इत्थे किन्ना रकबा है दो मरबे अच्छा दो मर ए रकबा चंगा सी या ओ ओ रकबे दी की लेखा ए ओदा ते लखा कोआं दा फर्क है अच्छा ओ रकबा चंगा सी सही अच्छा अच्छा थोड़े वाल साहब भी उदो जिंदा सन जदों वंड होई ओ यार मेरे वालदे साहब मैं 18 दिनां दा ना 19 दिनां दा मेरी मां इत्थे आई सी जी इत्थे फिर उत्थे गई ओ दिन बहुत हो गया अच्छा थोड़ी थोड़े नानके इत्थे दे हैगे सन हां थोड़ी वालदा इत्थे मिलन आई सी ते वापस गई ते फिर ओ बहुत की दा सुनिया आया ते फिर ए जेड़ा सोबे वाला है इंदा रेलवे स्टेशन उदो भी हुंदा सी रेल गड्डी चलदी सी तुहाडे संभाले ते इस गड्डी ते तुसी भी सफर कीता है हां जी नहीं ए उदो भी रेलवे स्टेशन एवें सी एवें ही बणया होया सी नहीं हुण ते जिवें बणया हुण ते माशाल्लाह सोहणा बणया क्योंकि ना कोई जावे ते ना आवे ਹੁਣ ਤਾਂ ਬੰਦ ਹੈ ਤੇ ਪਹਿਲੇ ਇੱਥੇ ਕੀ ਹਿਸਾਬ ਕਿਤਾਬ ਹੁੰਦਾ ਸੀ ਆਂਦੇ ਨੇ ਜੰਜਾਂ ਵੀ ਇਸ ਰੇਲਵੇ ਸਟੇਸ਼ਨ ਤੇ ਚੜ੍ਹਦੀਆਂ ਰਹੀਆਂ ਨੇ ਹਾਂ ਸੋਬੇ ਵਾਲੇ ਰੇਲਵੇ ਸਟੇਸ਼ਨ ਯਾਰ ਸਾਰਾ ਕੁਝ ਹੀ ਹੁੰਦਾ ਰਿਹਾ ਇੱਥੇ ਆਪਣੇ ਭਰਾ ਇੱਥੋਂ ਮਨ ਪਿੰਡ ਦਾ ਨਾਮ ਹੁਣ ਲਿਖਣਾ ਉੱਥੇ ਤੱਕ ਜਾਂਦੀ ਨਹੀਂ ਸੀ ਪਿਛਾ ਵਕਤ ਆ ਗਿਆ ਅਮਰੂਕੇ ਜਾਂਦੀ ਸੀ ਤੇ ਜਦੋਂ ਇੰਡੀਆ ਚੱਲਦੀ ਸੀ ਉਦੋਂ ਕਿੱਥੇ ਤਾਈ ਜਾਂਦੀ ਸੀ ਆਂਦੇ ਨੇ ਦਿੱਲੀ ਤਾਈ ਜਾਂਦੀ ਸੀ ਇੱਥੋਂ ਤਾਈ ਜਾਂਦੀ ਸੀ ਇੱਥੇ ਨੇੜੇ ਹੀ ਹੈ ਅੱਛਾ ਦਿੱਲੀ ਤਾਈ ਹਿੰਦੁਸਤਾਨ ਸੀ ਮੈਂ ਉਦੋਂ ਦੀ ਗੱਲ ਕਰਦਾ ਪਿਆ ਜਦੋਂ ਹਿੰਦੁਸਤਾਨ ਦੇ ਵੇਲੇ ਦੀ ਮੈਂ ਵੀ ਗੱਲ ਕਰਦਾ ਪਿਆ ਅੱਛਾ ਅੱਛਾ ਸਹੀ ਹੋ ਗਿਆ ਦੱਸਦੇ ਨੇ ਉਦੋਂ ਚਿੱਬੜ ਚੁੱਬੜ ਤੇ ਆ ਖੱਖੜੀਆਂ ਦੀਆਂ ਬੜੀਆਂ ਫਸਲਾਂ ਆਉਂਦੀਆਂ ਸਨ ਨਾ ਖੱਖੜੀਆਂ ਖਾਧੀਆਂ ਨਾ ਚਿੱਬੜ ਖਾਧੇ ਸਨ ਤਾਂ ਮੈਨੂੰ ਤਾਂ ਪਤਾ ਨਹੀਂ ਅੱਛਾ ਕੋਈ ਫੌਜੀ ਵਾਲੀ ਗੱਲ ਆਉਂਦੇ ਨੇ ਉਹ ਸੁਣਾ ਦਿਓ ਚੋਰਾਂ ਦੇ ਨੇ ਚੋਰਾਂ ਦੇ ਨੇ ਫੌਜੀ ਵਾਲੀ ਗੱਲ ਸੁਣਾ ਦੇ ਬੇਰ ਲਿਆਂਦੇ ਤੇ ਡਾਇਆ ਸੀ ਉਹ ਹਾਂ ਉਹ ਤਾਂ ਮੇਰੇ ਨਾਲ ਸੀ ਅੱਛਾ ਇਹ ਹਿੰਦੁਸਤਾਨ ਵੇਲੇ ਦੀ ਗੱਲ ਹੈ ਆਹੋ ਕੱਲ ਦਿਹਾੜੇ ਦੀ ਗੱਲ ਹੈ ਤਾਂ ਇਹ ਮੈਂ ਬੇਰ ਸੀ ਇਹ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਦੀ ਗੱਲ ਹੈ ਵਿੱਚ ਹਿੰਦੁਸਤਾਨ ਦੇ ਯਾਨੀ ਹਿੰਦੁਸਤਾਨ ਦੇ ਵਿੱਚ ਜਦੋਂ ਸੋ ਉਦੋਂ ਦੀ ਗੱਲ ਹੈ ਸੁਣਾਓ ਖਾਂ ਖੇਡਦਾ ਹੁੰਦਾ ਸੀ ਕੌਡੀ ਵੀ ਤੇ ਸਾਰਾ ਮੈਂ ਖੇਡਦਾ ਸੀ ਤੇ ਮੇਰੇ ਨਾਲ ਸੀ ਪਾਸ਼ਾ ਕੇ ਖਮਕੇੜਾ ਸੀ ਉਹ ਠੰਡਦਾਰ ਸੀ ਜੋ ਉਹਨੇ ਆਖਿਆ ਬੇਰ ਚੁੱਕ ਲਾ ਮੈਂ ਬੇਰ ਚੁੱਕੇ ਮੈਂ ਆਪਦੀ ਡਾਚੀ ਜਿਹੜੀ ਭਰ ਲਈ ਸੀ ਬੇਰਾਂ ਅੱਛਾ ਇੰਨੇ ਬੇਰ ਮੈਂ ਚੱਕੇ ਕੌਡੀ ਖੇਡਦੇ ਹੁੰਦੇ ਆ ਸਾਰਾ ਕੁਛ ਹੀ ਯਾਰ ਮੈਂ ਕਰਦਾ ਰਿਹਾ ਹੁਣ ਕੁਛ ਵੀ ਨਹੀਂ ਅੱਛਾ ਕੌਡੀ ਖੇਡਦੇ ਸੋ ਤੇ ਡਾਚੀ ਬੇਰਾਂ ਨਾਲ ਭਰ ਲਈ ਪਾਸ਼ਾ ਇੰਸਪੈਕਟਰ ਸੀ ਹਾਂ ਉਹ ਸਿੱਖ ਸੀ ਮੁਸਲਮਾਨ ਯਾਰ ਸੀ ਕੱਲ ਦਿਹਾੜਿਆਂ ਦੀ ਗੱਲ ਹੈ ਅੱਛਾ ਮੁਸਲਮਾਨ ਸੀ ਮੁਸਲਮਾਨ ਤੇ ਕੌਡੀ ਫਿਰ ਕਿੰਨਾ ਕਿੰਨਾ ਨਾਲ ਖੇਡਦੇ ਸੋ ਹਾਏ ਫਿਰ ਉਹੋ ਹੀ ਗੱਲ ਕਰਦਾ ਮੈਂ ਬੜਿਆਂ ਨਾਲ ਖੇਡੀ ਹੈ ਤੇ ਮੈਂ ਸਾਰਾ ਕਰਮ ਬਾਰ ਕਰਦਾ ਰਿਹਾ ਮੈਂ ਫਿਰ ਇੱਥੇ ਆ ਕੇ ਵੀ ਕੌਡੀਆਂ ਖੇਡਦਾ ਰਿਹਾ ਤੇ ਫਿਰ ਇੱਥੇ ਖੁਰੇ ਖਰੇ ਵੀ ਵੇਹਦਾ ਰਿਹਾ ਅੱਛਾ ਆ ਕੀ ਹੈ ਸ਼ਹਿਰ ਆਪਣਾ ਮੰਡੀ ਬਾਰੇ ਕੀ ਮਕਲੋੜਗੰਜ ਗੰਜ ਮਲੋਟ ਅੱਛਾ ਤੇ ਆਉਂਦੇ ਨੇ ਵੀ ਉਸ ਦੌਰ ਦੇ ਵਿੱਚ ਇੱਕ ਰਣਜੀਤ ਸਿੰਘ ਹੁੰਦਾ ਸੀ ਉਹ ਆ ਕੇ ਡਾਕੇ ਡੁਕੇ ਬੜੇ ਮਾਰਦਾ ਸੀ ਮੈਂ ਨਹੀਂ ਸੁਣਿਆ ਅੱਛਾ ਉਹ ਇੱਧਰ ਖੁਰਕਾਂ ਦਾ ਆਇਆ ਸੀ ਅੱਛਾ ਮੈਂ ਕਿਹਾ ਸ਼ਾਇਦ ਤੁਸੀਂ ਖੁਰੇ ਕੱਢਦੇ ਹੋ ਸੁਰਾਖੀ ਹੋ ਤਾਂ ਤੁਹਾਨੂੰ ਸ਼ਾਇਦ ਉਸ ਚੀਜ਼ ਦਾ ਵੀ ਪਤਾ ਹੋਵੇ ਕੌਡੀ ਦੇ ਚੰਗੇ ਪਲੇਅਰ ਆ ਉਹ ਤੁਸੀਂ ਆਪਦੇ ਜਾਣੇ ਤੇ ਚੰਗੇ ਸੀ ਤੇ ਮਾੜੇ ਵੀ ਕਿਸੇ ਸਿੱਖ ਸੁੱਖ ਨੂੰ ਵੀ ਡਾਹਿਆ ਨੇ ਕਦੇ ਜਾਂ ਸਿੱਖ ਜਦੋਂ ਸਾਡੇ ਨਾਲ ਖੇਡੇ ਨਹੀਂ ਕੁਛ ਨਹੀਂ ਕੀਤਾ ਅੱਛਾ ਯਾਨੀ ਕਿ ਤੁਹਾਨੂੰ ਗੱਲ ਕਰਨ ਦਾ ਮਕਸਦ ਇਹ ਬਾਬਾ ਜੀ ਦੇ ਰਸਤੇ ਦੇ ਵਿੱਚ ਤੁਹਾਨੂੰ ਕੋਈ ਮਸਲਾ ਨਹੀਂ ਬਣਿਆ ਤੁਸੀਂ ਸੁੱਖ ਨਾਲ ਖੈਰ ਨਾਲ ਬਾਰਡਰ ਟੱਪੇ ਇੱਥੋਂ ਜ਼ਹਿਨ 'ਚ ਹੈ ਕਿ ਤੁਸਾਂ ਇੱਥੋਂ ਸਾਵਾਂ ਹੀ ਬਾਰਡਰ ਟੱਪੇ ਜੇ ਇੱਥੋਂ ਸਾਵਾਂ ਅੱਛਾ ਪਾਰ ਟੱਪਿਆ ਤੁਸੀਂ ਇੱਥੇ ਫਿਰ ਰਿਸ਼ਤੇਦਾਰਾਂ ਕੋਲ ਆ ਕੇ ਰਹੇ ਹੋਵੋਗੇ ਇੱਕ ਵਾਰੀ ਤਾਂ
ਤੇ ਹੋਰ ਅਸੀਂ ਉੱਥੇ ਹੀ ਰਹਿਣਾ ਸੀ। ਉਹ ਸਾਨੂੰ ਉਹਨਾਂ ਦਾ ਕੀ ਨਾਂ ਸੀ? ਹੁਣ ਤਾਂ ਫਿਰ ਤੂੰ ਉਹ ਅਗਲੀ ਗੱਲ ਕਰਦਾ ਵੀ ਮੈਨੂੰ ਨਾਂ ਨਹੀਂ ਕਿਸੇ ਦਾ ਰਹਿਣਾ। ਜ਼ਿਹਨ ਚ ਯਾਨੀ ਨਿਕਲਿਆ ਪਈਆਂ ਨੇ ਚੀਜ਼ਾਂ। ਭਾਈ ਮੈਂ ਖੈਰ ਗੱਲ ਇਹ ਹੈ ਕਿ ਬਾਬਾ ਜੀ ਹੋਰਾਂ ਨਾਲ ਆਪਾਂ ਗੱਲਬਾਤ ਕੀਤੀ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲੇ ਦੀ, ਯਾਨੀ ਹਿੰਦੁਸਤਾਨ ਦੇ ਬਟਵਾਰੇ ਤੋਂ ਪਹਿਲੇ ਦੀਆਂ ਗੱਲਾਂ ਕੀਤੀਆਂ, ਅਤੇ ਇਹਨਾਂ ਲੋਕਾਂ ਨਾਲ ਮਿਲ ਲੈਣਾ, ਇਹਨਾਂ ਨੂੰ ਵੇਖ ਲੈਣਾ ਹੀ ਇੱਕ ਸਕੂਨ ਆ ਜਾਂਦਾ, ਇੱਕ ਸਵਾਦ ਆ ਜਾਂਦਾ, ਅਤੇ ਇਹਨਾਂ ਨਾਲ ਗੱਲਬਾਤ ਹੋ ਜਾਵੇ ਤਾਂ ਫਿਰ ਸੋਨੇ ਅਤੇ ਸੁਹਾਗਾ। ਉਹ ਤੁਹਾਡੇ ਨਾਲ ਉਹ ਹੱਡ ਵਰੀਤੀਆਂ ਕੁਛ ਜਿਹੜੀਆਂ ਸਨ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਸਾਂ ਉਹਨਾਂ ਦੀਆਂ। ਉਹਨਾਂ ਨੇ ਦੱਸਿਆ ਕਿਸ ਤਰ੍ਹਾਂ ਉੱਥੇ ਰਹਿੰਦੇ ਸਨ, ਕੀ ਹਾਲਾਤ ਵਾਪਰੇ ਉਹਨਾਂ ਨਾਲ, ਕਿੱਦਾਂ ਦੀਆਂ ਫਸਲਾਂ ਹੁੰਦੀਆਂ ਸਨ, ਕਿੱਦਾਂ ਉਹਨਾਂ ਦੇ ਭਾਈ ਦੀ ਡੈਥ ਯਾਨੀ ਕਿ ਉੱਠਦੀ ਹੋਈ ਉਹਨਾਂ ਦੱਸੇ। ਅਤੇ ਉਹਨਾਂ ਨੇ ਕਿਹਾ ਅੱਜ ਵੀ ਮੇਰਾ ਜੀ ਕਰਦਾ ਕਿ ਮੈਂ ਉਹਨਾਂ ਕਬਰਾਂ 'ਤੇ ਜਾਵਾਂ ਅਗਰ ਮੈਨੂੰ ਕੋਈ ਲੈ ਕੇ ਜਾਵੇ ਤਾਂ। ਠੀਕ ਹੈ ਜੀ ਵੀਰੋ, ਸਾਡੇ ਹਿੱਸੇ ਦਾ ਸਾਡੇ ਕੋਈ ਹੋਰ ਭਾਈ ਜੇ ਵੇਖ ਰਹੇ ਨੇ ਤਾਂ ਇਹਨਾਂ ਦੇ ਬਜ਼ੁਰਗਾਂ ਦੇ, ਇਹਨਾਂ ਦੇ ਭਾਈ ਦਾ ਕੀ ਨਾਂ ਸੀ ਤੁਹਾਡੇ ਭਾਈ ਦਾ ਜਿਹੜੇ ਫੌਤ ਹੋਏ ਉੱਥੇ? ਜਿਹੜਾ ਫੌਤ ਹੋਇਆ ਡਾਕੀ ਭਾਈ, ਇਹਨਾਂ ਦੇ ਭਾਈ ਸ਼ੇਰ ਮੁਹੰਮਦ ਦੀ ਵੀ ਕਬਰ ਉੱਥੇ ਹੀ ਹੈ। ਅਤੇ ਜ਼ਰਾ ਸਾਨੂੰ ਇੱਕ ਮਿੰਟ 'ਚ ਇਹ ਵੀ ਦੱਸਿਆ ਜੇ ਕਿ ਉਸ ਪਿੰਡ ਦਾ ਜਿਹੜਾ ਕਬਰਸਤਾਨ ਹੈ ਉਹ ਅੱਜ ਵੀ ਉੱਥੇ ਹੈਗਾ ਜਾਂ ਕੀ ਸੂਰਤ ਹਾਲ ਹੈ? ਉਸ ਕਬਰਸਤਾਨ ਬਾਰੇ ਵੀ ਸਾਨੂੰ ਜਿਹੜੇ ਚੜ੍ਹਦੇ ਪੰਜਾਬ ਵਾਲੇ ਨੇ ਜ਼ਰਾ ਦੱਸ ਪਾਇਓ ਜੇ। ਠੀਕ ਹੈ ਜੀ, ਇਸੇ ਤਰ੍ਹਾਂ ਅਸੀਂ ਹੋਰ ਪਾਰਟੀਸ਼ਨ ਸਟੋਰੀਜ਼ ਤੁਹਾਡੀ ਖਿਦਮਤ 'ਚ ਹਾਜ਼ਰ ਕਰਦਾ ਰਹਾਂਗੇ। ਤਦ ਤੱਕ ਤੁਹਾਡਾ ਅਤੇ ਸਾਡਾ ਰੱਬ ਰਾਖਾ।